ਬਣਾ ਕਿੱਦਾਂ ਜੀ ਕਿੱਦਾਂ ਮਾਰ ਇਹ ਵੇਲੇ ਘੁੰਮਦ ਰਹਿੰਦਾ ਇਦਾਂ ਹੀ ਬਸ ਨਜ਼ਾਰੇ ਭਰਾਵਾ ਵੇਲੇ ਬੁੱਲੇ ਕਿੱਥੇ ਮੈਂ ਗਿਆ ਸੀ ਸੰਧੂ ਘਰੇ ਅੱਛਾ ਕਿਹੜਾ ਅੱਛਾ ਆਪਣਾ ਸੰਧੂ ਹਾਂ ਹਾਂ ਭਰਾ ਜੱਟ ਨੇ ਹੱਥ ਕਰਾ ਛੱਡੀ ਪੂਰੀ ਕੀ ਕਰਤਾ ਉਹਨੇ ਲਿਆ ਉਹ ਨਿਕਲ ਆਇਆ ਗੱਡੀ ਸਰਾ ਵੀਰੇ ਉਹ ਯਾਰ ਕਰਾ ਤੇ ਯਾਰ ਬਾਈ ਨੇ ਇੱਥੇ ਯਾਰ ਲੈਣ ਨੂੰ ਭਰਾ ਉਹਦੀ ਗੱਡੀ ਦੇਖੀ ਉਹ ਭਰਾਵਾ ਮੈਂ ਦੇਖੀ ਆ ਯਾਰ ਇੱਥੇ ਜੋ ਮਰਜ਼ੀ ਲੈ ਜਾਓ ਇੰਡੀਆ ਭਰਾ ਮੈਂ ਰੇਂਜ ਰੱਖੀ ਉੱਥੇ ਇੱਥੇ ਵੀ ਨਹੀਂ ਇੱਥੇ ਲੈਣ ਨੂੰ ਤੂੰ ਲੈ ਲੈ ਯਾਰ ਇੱਥੇ ਕਿਹੜੀ ਤੁਸੀਂ ਵੱਡੇ ਯਾਰ ਵੱਡੇ ਵੱਡੀ ਦੀ ਗੱਲਾਂ ਚੜਾਈ ਚੜਾਈ ਅੱਛਾ ਮੇਰੀ ਗੱਲ ਸੁਣੋ ਯਾਰ ਚੱਕਰ ਪਤਾ ਕੀ ਆ ਯਾਰ ਆਪਣੇ ਪਰਚਾ ਪਿਆ ਸੀ ਭਰਾ ਤੇ ਅੱਛਾ ਤੈਨੂੰ ਪਤਾ ਕੀ ਚੱਕਰ ਪਿਆ ਥੋੜਾ ਵਿਆਹ ਤੇ ਚੱਕਰ ਪਿਆ ਉਹ ਮੇਰੇ ਭਰਾ ਦਾ ਵਿਆਹ ਸੀਗਾ ਯਾਰ ਇੰਡੀਆ ਚਾਚੇ ਦੇ ਮੁੰਡੇ ਦਾ ਤੇ ਉੱਥੇ ਨਾ ਇਹਨਾਂ ਨੇ ਗੋਲੀ ਚਲਾਈ ਤੇ ਭਰਾਵਾ ਉਹ ਜਿੱਦਾਂ ਨਾ ਪਰਚਾ ਜਿਹਾ ਪਵਾਤਾ ਯਾਰ ਉਹ ਜਿਸ ਕਾਰਨ ਆਪਣੇ ਹਾਂ ਹੈ ਕੀ ਬੰਦੇ ਯਾਰ ਭਰਾ ਮੇਰਾ ਬਣ ਕੇ ਯਾਰ ਆਪਾਂ ਬੰਦਾ ਕਰ ਕੋਈ ਗੱਲ ਨਹੀਂ ਤੂੰ ਦਾ ਸਾ ਨੰਬਰ ਲੈ ਲਾ ਆਪਣੀ ਉਹ ਤੇ ਦਾਦੀ ਯਾਰ ਕਰਾ ਦੋ ਇਹਨਾਂ ਦਾ ਕੰਮ ਯਾਰ ਨੰਬਰ ਲੈ ਤੇ ਨੰਬਰ ਲਿਖ ਗੋਪੀ ਆਪਾਂ ਡੈਡੀ ਨੂੰ ਦਵਾਂਗੇ ਸ਼ਾਮਾਂ ਨੂੰ ਤੇ ਕਰ ਲੈਣਗੇ ਗੱਲ ਹਾਂ ਹਾਂ ਕੋਈ ਗੱਲ ਨਹੀਂ ਦਾਦੀ ਨਾਲ ਆ ਬਸ ਆਪਣਾ ਉਹਨੂੰ ਕੈਸ਼ ਵੀ ਅਪਡੇਟ ਕਰਦੇ ਹੋ ਮੇਰਾ ਭਰਾ ਇਹ ਜੀ ਯਾਰ ਹੁਣ ਹੋਰ ਸਾਨੂੰ ਤਾਂ ਸਾਰਾ ਇਹ ਕਹਿੰਦਾ ਸੀ ਚਲੋ ਮਿਲਦੇ ਆ ਫਿਰ ਹੈ ਇਹ ਕਹਿੰਦਾ ਸੀ ਓਕੇ ਮੇਰਾ ਭਰਾ ਮੈਂ ਨੰਬਰ ਸੈਂਡ ਕਰ ਦੂੰਗਾ ਕਰਦੇ ਹੋਣੀ ਉਹਨਾਂ ਨੂੰ ਕੋਈ ਗੱਲ ਨਹੀਂ ਮੈਂ ਦਾ ਦੂੰਗਾ ਕਰਾ ਦੀ ਮੇਰਾ ਵੀ ਟੈਨਸ਼ਨ ਨਾ ਲੈ ਤੂੰ ਕੋਈ ਗੱਲ ਨਹੀਂ ਬਸ ਕਿਹੜੇ ਯਾਰ ਇਦਾਂ ਆਪਾਂ ਕਿਰਾਏ ਕਈਆਂ ਨੇ ਕਿਰਾਏ ਕਰਦੇ ਟੈਨਸ਼ਨ ਨਾ ਲੈ ਕਰ ਵੀ ਨਹੀਂ ਯਾਰ ਤੂੰ ਹੋਰ ਦੱਸ ਕੰਮ ਕਰ ਸਭ ਠੀਕ ਆ ਚੱਲ ਠੀਕ ਆ ਸਤਿ ਸ਼੍ਰੀ ਅਕਾਲ ਹੋਰ ਕਿਤੇ ਕੋਈ ਨਹੀਂ ਮਿਲ ਗਿਆ ਕੰਮ ਤੇ ਓਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜ ਤਾਂ ਯਾਰ ਵਧੀਆ ਹਨਾ ਦਿਨ ਕਿੰਨਾ ਸੋਹਣਾ ਚੜਿਆ ਉਹ ਜੱਸੀ ਆ ਘਰ ਕਿੰਨਾ ਘੈਂਟ ਆ ਯਾਰ ਉਹ ਯਾਰ ਮੈਂ ਵੀ ਉਹੀ ਦੇਖਣ ਦਿਆ ਸੀ ਘਰ ਦਾ ਰੰਗ ਵੇਖ ਕਿੰਨਾ ਸੋਹਣਾ ਯਾਰ ਉਹ ਯਾਰ ਇੱਥੇ ਘਰ ਦੇ ਇਦਾਂ ਹੀ ਆ ਇੱਥੇ ਨਹੀਂ ਘਰ ਕੋਈ ਮੈਂ ਘਰ ਤੇ ਇੰਡੀਆ ਹੁੰਦਾ ਐਡਾ ਵਧੀਆ ਘਰ ਆ ਆਪਣਾ ਹੈ ਬਸ ਸਿਰਾ ਘਰ ਆ ਅੱਛਾ 8-9 ਕੰਮ ਮੇਰਾ ਘਰ ਆਪਣਾ ਅੱਡਾ ਅੱਛਾ ਉਹ ਯਾਰ ਤਗੜੇ ਬੰਦੇ ਹਨਾ ਇਹ ਬੜਾ ਵਧੀਆ ਘਰ ਬਣਾਇਆ ਬੜਾ ਤਗੜਾ ਉਦਣ ਵੀ ਉਦਣ ਜਿਹੜਾ ਤੁਹਾਡਾ ਹਾਂ ਤੈਨੂੰ ਫੋਟੋ ਵਿਖਾਉਣਾ ਇੱਧਰ ਵੇ ਆਵੇ ਫੋਟੋ ਵਿਖਾਉਣਾ ਤੈਨੂੰ ਇੱਧਰ ਵੇ ਫੋਟੋਆਂ ਨਾ ਨਾ ਯਾਰ ਫੋਟੋਆਂ ਦੀ ਤੇ ਕੀ ਲੋੜ ਆ ਨਾ ਵਧੀਆ ਸਾਨੂੰ ਯਕੀਨ ਆ ਦਿੱਤੇ ਭਰਾਵਾ ਸਹੀ ਆ ਇੱਥੇ ਦੇ ਘਰ ਘੁਰ ਯਾਰ ਇਦਾਂ ਲੱਕੜ ਦੇ ਘਰ ਆ ਮੈਂ ਆਪਣੇ ਕਿਹੜੇ ਮਹਿਲ ਆ ਮਹਿਲ ਉੱਥੇ ਕਿਹੜੇ ਕਿਹੜੇ ਤਗੜੇ ਗੁਰੂਆਂ ਹੁੰਦੇ ਉੱਥੇ ਇਹਨਾਂ ਦੀ ਸਰਦਾਰੀ ਆ ਗੁਰੂਆਂ ਉੱਥੇ ਐਵੇਂ ਇੱਥੇ ਸਰਦਾਰੀ ਆ ਤੂੰ ਮੈਂ ਇੱਥੇ ਘੁੰਮ ਵੈਸੇ ਤੁਹਾਨੂੰ ਇੱਕ ਗੱਲ ਦੱਸਦਾ ਜਿੱਦਾਂ ਇੰਡੀਆ 'ਚ ਬੰਦੇ ਦਾ ਜ਼ਿਮੀਂਦਾਰਾ ਖੁੱਲਾ ਹੋਵੇ ਕੰਬਾਈਨ ਕਮੂਨ ਹੋਣ 3-4 ਤੇ ਫਿਰ ਤਾਂ ਮੇਰਾ ਚੱਲਦੇ ਚਾਚੇ ਦੇ ਘਵਾਟੀ ਯਾਰ ਤੂੰ ਕਿਹੜੇ ਗੱਲਾਂ ਕਰਦਾ ਯਾਰ ਇੱਥੇ ਯਾਰ ਏਦਾਂ ਦੀ ਲਾਈਫ ਆ ਤੈਨੂੰ ਪਤਾ ਯਾਰ ਜਾਂ ਫਿਰ ਬੱਸਾਂ ਬੁੱਸਾਂ ਹੋਣ ਬੰਦੇ ਦੀਆਂ ਉਹ ਵੇਖਾ ਲਿਬੜਾ ਵਾਲੇ ਨੇ ਕਿੰਨਾ ਕੰਮ ਚੱਕ ਕੇ ਰੱਖਿਆ ਆਪਣੇ ਚੱਲ ਲਿਬੜਾ ਉਧਰ ਆਹੋ ਲੈ ਦੱਸ ਯਾਰ ਇੱਕ ਤਾਂ ਦੱਸਦਾ ਸੀ ਭਰਾ ਕਿੰਨਾ ਹਿੱਸਾ ਉਹਨਾਂ ਦਾ ਆਪਣਾ ਅੱਛਾ ਪੂਰੀ ਯਾਰ ਗੱਲ ਬਾਤ ਜੱਸੀ ਗੱਲ ਬਾਤ ਮੈਂ ਕਹਾਂ ਯਾਰ ਫਿਰ ਅੱਛਾ ਮੇਰੀ ਗੱਲ ਸੁਣੋ ਯਾਰ ਤੈਨੂੰ ਨਹੀਂ ਸੀ ਆਉਣਾ ਚਾਹੀਦਾ ਉਰੇ ਬ੍ਰੋ ਤੂੰ ਗਲਤੀ ਕੀਤੀ ਸਹੀ ਗੱਲ ਆ ਯਾਰ ਉਹ ਯਾਰ ਦੇਖ ਬਾਹਰ ਲਾਈਫ ਘੁੰਮ ਕੇ ਵੇਖਣੀ ਚਾਹੀਦੀ ਆਪਾਂ ਨੂੰ ਚਲੋ ਇੱਥੇ ਵੀ ਤੂੰ ਨਿਆਰ ਹੀ ਲੈਣਾ ਕੰਮ ਤੇ ਜਦੋਂ ਜਿਗਰ ਛੁੱਟੀ ਕਰ ਲੈਂਦਾ ਸਹੀ ਗੱਲ ਆ ਤੇਰੀ ਮੌਜ ਨਹੀਂ ਜਿਗਰ ਛੁੱਟੀ ਯਾਰ ਇਹ ਭਰਾਵਾ ਇਹਦੇ ਬੰਦਾ ਐਡਾ ਉਹ ਵੀ ਨਾ ਹੋਵੇ ਯਾਰ ਸਹੀ ਗੱਲ ਆ ਹਨਾ ਮੈਂ ਸੋਚਦਾ ਮੰਨਿਆ ਕੋਈ ਬਿਜ਼ਨਸ ਸ਼ੁਰੂ ਕਰ ਲਈਏ ਭਰਾਵਾ ਹੁਣ ਜਿਸ ਕਰਨ ਕੋਲੇ ਵੇਖ ਕਿੰਨਾ ਪੈਸਾ ਭਰਾ ਬਾਈ ਇਹਦਾ ਤਾਂ ਚੱਲ ਜਾਣਾ ਤਾਂ ਇੰਡੀਆ ਚਲੇ ਗਿਆ ਤਾਂ ਇੰਡੀਆ ਵੀ ਸਰ ਜਾਣਾ ਨਹੀਂ ਨਹੀਂ ਪਰ ਅਸੀਂ ਇੱਦਾਂ ਤੇ ਕਰ ਹੀ ਸਕਦੇ ਹਾਂ ਵੀ ਉੱਥੋਂ ਇੱਥੇ ਪੈਸੇ ਮੰਗਾ ਸਕਦੇ ਹਾਂ ਅਸੀਂ ਵੀ ਪਾਵਾਂਗੇ ਥੋੜੇ ਥੋੜੇ ਨਾਲ ਉਹ ਤਾਂ ਹੈਗਾ ਪਰ ਵਧੀਆ ਨਾ ਨਾ ਕੋਈ ਗੱਲ ਨਹੀਂ ਬਾਈ ਦੱਸ ਦਿਓ ਹਣਾ ਹੁਣ ਦੇਖ ਯਾਰ ਉਹ ਮੁੰਡਿਆਂ ਨੇ ਕਿੰਨੀ ਮਿਹਨਤ ਕੀਤੀ ਆ ਬਾਵੇ ਨੇ ਦੇਖ ਲਾ ਕੱਲਾ ਹੀ ਧੱਕੀ ਫਿਰਦਾ ਕੰਮ ਨੂੰ ਹਨਾ ਕਿਹੜਾ ਬਾਬਾ ਕੰਮ ਵਧੀਆ ਯਾਰ ਬਾਬਾ ਯਾਰ ਆਪਣਾ ਉਹੀ ਬ੍ਰਾਈਟ ਰੋਡ ਤੇ ਮਿੰਨੀ ਮਾਰਟ ਲਈ ਆ ਸ਼ਾਪ ਉਹਨੇ ਓ ਅੱਛਾ ਅੱਛਾ ਉਹ ਸਰਦਾਰ ਜੀ ਰਸਰੀ ਵਾਲੀ ਓ ਹਾਂ ਹਾਂ ਓ ਯਾਰ ਨਾਲੇ ਯਾਰ ਨੇ ਸਮਾਨ ਵੀ ਸਸਤਾ ਲਾਇਆ ਬਾਕੀਆਂ ਨਾਲੋਂ ਨਾਲੇ ਵਧੀਆ ਕੰਮ ਕਰਦਾ ਨਾਲੇ ਜਦੋਂ ਦਾ ਇਹ ਮੁਲਕ ਜੀ ਉਹਨੇ ਜੌਬ ਕਰਕੇ ਕੋਈ ਫਾਇਦਾ ਨਹੀਂ ਯਾਰ ਵਧੀਆ ਵਧੀਆ ਯਾਰ ਉਹਦਾ ਕੰਮ ਵਧੀਆ ਆਪਾਂ ਵੀ ਨਾਲ ਹੀ ਉਦੋਂ ਜਦੋਂ ਕੰਮ ਕਰਾਇਆ ਉਹਦਾ ਅੱਛਾ ਤੂੰ ਨਾਲ ਹੀ ਵਾਹ ਉਹ ਉਦੋਂ ਮੈਂ ਵੀ ਨਾਲ ਹੀ ਭਰਾਵਾ ਆਹੋ ਠੀਕ ਹੈ ਯਾਰ ਭਰਾ ਨਾਲ ਹੀ ਉਹ ਤਾਂ ਕਹਿੰਦਾ ਸੀ ਵੀ ਨਹੀਂ ਰਹਿਣ ਦਿੰਨੇ ਆ ਮੈਂ ਕੋਈ ਨਹੀਂ ਆ ਪੈਸੇ ਪੂਏ ਦਾ ਹੁਣ ਤੇ ਉਹ ਯਾਰ ਪੀਜ਼ਾ ਹਟ ਲੈਣ ਨੂੰ ਗਾਂ ਅਗਲਾ ਕਹਿੰਦਾ ਹੋਰ ਹੋਇਆ ਉਹ ਮੈਂ ਕਿਹਾ ਉਹਨੂੰ ਮੈਂ ਕੋਈ ਲੈ ਲੈਨੇ ਆਪਾਂ ਹਾਂ ਕੋਈ ਗੱਲ ਨਹੀਂ ਦੱਸ ਦੀ ਤੂੰ ਆਹਾਂ ਆਂਦਾ ਕੋਈ ਗੱਲ ਨਹੀਂ ਚੱਲ ਫੇਰ ਤਾਂ ਵਧੀਆ ਵੀਰੇ ਤੂੰ ਕਿਵੇਂ ਜਾਣਦਾ ਯਾਰ ਬਾਵੇ ਨੂੰ ਉਹ ਜਾਣਦਾ ਮੈਨੂੰ ਪਰ ਰਹਿੰਦੇ ਨੇ ਇਕੱਠੇ ਰਹਿੰਦੇ ਰਹੇ ਆ ਇੱਥੋਂ ਇੰਡੀਆ ਥੋੜਾ ਜਿਹਾ ਜਾਂਦੇ ਆਪਾਂ ਅੱਛਾ ਅੱਛਾ ਕੇ ਫਿਰ ਵਾਵਾ ਚੱਲ ਆਪਾਂ ਚੱਲ ਵਧੀਆ ਯਾਰ ਭਰਾ ਜਾਂਦਾ ਮੇਰਾ ਵੀਰੇ ਅੱਜ ਸਾਰੇ ਜਾਣੇ ਆ ਕੀ ਠੀਕ ਠਾਕ ਆਪਾਂ ਸੋਚਣ ਵਾਲੇ ਬਾਵੇ ਨੂੰ ਮਿਲੇ ਨਾਲੇ ਗਰੋਸਰੀ ਲੈ ਆਉਣੇ ਗਰੋਸਰੀ ਹੁੰਦਾ ਵਾ ਵਧੀਆ ਕਿੱਦਾਂ ਵਧੀਆ ਮਿਲਟਨ ਸ਼ਹਿਰ ਜੇ ਬੜੀ ਸਸਤੀ ਗਰੋਸਰੀ ਲਾਈ ਸੀ ਤੁਹਾਨੂੰ ਪਤਾ ਹੀ ਹੈ ਤੇ ਅਸੀਂ ਕੀ ਸੋਚਿਆ ਬਾਵੇ ਤੋਂ ਚੱਕ ਲਿਆਉਨੇ ਆ ਨਾ ਨਾ ਚੱਕੋ ਜੋ ਚਾਹੀਦਾ ਲਓ ਯਾਰ ਉਹ ਬਾਵੇ ਯਾਰ ਨਾਲੇ ਨਾ ਇੱਕ ਬੰਦੇ ਨੂੰ ਮਿਲਾਉਣਾ ਤੇਰੇ ਨਾਲ ਬਹੁਤ ਛੱਡਦਾ ਯਾਰ ਉਹ ਹੀ ਨਾ ਮਿਲਾਂਗੇ ਯਾਰ ਕਿਹੜਾ ਬੰਦਾ ਇਹੋ ਜਿਹਾ ਲੋ ਵੀ ਮੁੰਡਿਓ ਆ ਆਪਣਾ ਭਰਾ ਆ ਕਿੱਦਾਂ ਤੈਨੂੰ ਜਾਣਦਾ ਨੀ ਮਾਮਾ ਅੱਛਾ ਅੱਛਾ
ਗੁਰਦੁਆਰੇ ਲਾਗੇ ਮਿਲੇ ਆਪਾਂ ਗੁਰਦੁਆਰੇ ਵੀ ਬਣੀਦਾ ਮੇਰੀ ਵੀ ਟਰੱਕ ਆ ਫੁਕਰਾ ਯਾਰ ਚੱਲ ਹੈਗਾ ਸਾਡਾ ਯਾਰ ਆ ਪਰ ਰਹਿਣਾ ਫੁਕਰਾ ਹੀ ਕੋਈ ਗੱਲ ਨੀ ਯਾਰ ਹਾਂਜੀ ਅਸੀਂ ਬੁਕ ਰਹੇ ਹਾਂ।